हाँ जी भाई, सत श्रीकाल जी। सत श्रीकाल जी। होर भाजी किदा जी? भाई ठीक है, वधिया। तुसी सुनाओ? बड़े टाइम बाद वीडियो बनाने लगे हैं। हाँ जी, थोड़ा इदा ना पशु फिर थोड़े घट सके साडे। अच्छा जी। हाँ जी, फेस करके हुण मैं चलो काम शुरू कर लिया। काम शुरू कर लिया। गर्मी पर रोकया सी? हाँ जी, गर्मी का थोड़ा ऐसे का जी। गर्मी कपड़ा का काम चली जाए। ठीक ठीक है जी। चलो भाई, फिर नाम ते फोन नंबर अपना, एड्रेस सारा। परमिंदर सिंह। हाँ जी। शहर फगवाड़ा। ठीक है जी। मोहल्ला सुखचैन नगर गुरुद्वारे दे कोल। ठीक है। फोन नंबर जी 62832। हाँ जी। 55978। एक नंबर फिर बोलो। 62832 55978। यही नंबर व्हाट्सएप ਦਾ? ਹਾਂਜੀ, ਇਹ ਤੇ ਵਟਸਐਪ ਚ। ਤੇ ਵੀ ਜੀ, ਅੱਜ ਕਿ ਗਾਈਆਂ ਕਿੰਨੇ ਸੇਲ ਆ ਜੀ ਆਪਣੇ ਕੋਲ? ਆਪਣੀਆਂ 2 ਗਾਈਆਂ ਤੇ 1 ਵੱਛੀ ਸੇਲ ਆ ਜੀ। ਇੱਕ ਵੱਛੀ ਸੇਲ। ਚਲੋ ਬਰੇ ਇਹਦੇ ਬਾਰੇ ਗੱਲ ਕਰਦੇ। ਇਹ ਕਿੰਨੇ ਸੋਏ ਬਾਈ ਜੀ? ਇਹ ਜੀ ਦੂਜੇ ਸੋਏ ਸੂਈ ਹੋਈ ਆ। ਦੂਜੇ ਸੋਈ ਆ। ਅੱਗੇ ਜਿਹੜੀ ਆ ਇਹ 3 ਮਹੀਨੇ ਦੀ ਗੱਭਣ ਹੋ ਗਈ ਆ। 3 ਮਹੀਨੇ ਗੱਭਣ ਹੋ ਗਈ। ਚੈੱਕ ਕਰਾ ਕੇ ਦੇਣੀ ਗਾਰੰਟੀ ਨਾਲ। ਗਾਰੰਟੀ ਚੈੱਕ ਕਰਾ ਕੇ ਦੇਣੀ। ਚੈੱਕ ਕਰਾ ਕੇ ਦੇਣੀ ਆ। ਹਾਂਜੀ, ਮਤਲਬ ਚੈੱਕ ਨਹੀਂ ਕਰਦੇ। ਸਾਡੇ ਚੈੱਕ ਪਾਸ ਹੀ ਆ। ਅੱਛਾ ਜੀ, ਠੀਕ ਹੈ। ਉਹਨਾਂ ਦੀ ਵੀ ਅਗਲੇ ਦੀ ਤਸੱਲੀ ਕਰਾਉਣੀ ਆ। ਕਰਾ ਕੇ ਤਸੱਲੀ। ਆਵੇ ਚੈੱਕ ਕਰੇ ਬੈਠੇ ਸਾਡੇ ਕੋਲ ਚੈੱਕ ਕਰੇ। ਹਾਂਜੀ ਹਾਂ, ਬਿਲਕੁਲ ਬਿਲਕੁਲ ਜੀ। ਹਾਂਜੀ, ਤੇ ਇਹਦੇ ਹੇਠਾਂ 13 ਲੀਟਰ ਦੁੱਧ ਹੈਗਾ ਹੈ। ਇਸ ਟਾਈਮ 13 ਲੀਟਰ ਹੈ। 13 ਲੀਟਰ ਦੁੱਧ ਨੈਟ ਆ ਜੀ। ਠੀਕ ਹੈ ਜੀ, ਠੀਕ ਹੈ। ਕੋਈ ਸੱਪਣ ਨਹੀਂ, ਕੋਈ ਝੂਲਦੀ ਨਹੀਂ, ਸੀਲ ਆ, ਠੰਡੀ ਆ, ਇਦਾਂ ਮਰਜ਼ੀ ਰੱਸੀ ਪਾਓ, ਛੋਟੀ ਲੱਤ ਦੀ ਐਚ ਐਫ। ਹਾਂ, ਚਲੋ ਖੋਲੋ ਬਾਜੀ ਫਿਰ ਇਹਨੂੰ। ਤਾਜੀ ਨੇ ਚੁਆਇਆ ਨਾ? ਹਾਂਜੀ, 20 ਲੀਟਰ ਦੁੱਧ ਤਾਜੀ ਨੇ ਚੁਆਇਆ। 20 ਲੀਟਰ ਇਹ ਆਪ ਲਾਈ ਹੋਈ ਸੀ ਘਰ। ਅੱਛਾ, ਠੀਕ ਹੈ ਜੀ। ਤੇ ਹੁਣ ਸੇਲ ਕਰ ਰਹੀਆਂ ਤਾਂ ਗਾਂ ਪਸੂ ਹੋ। ਠੀਕ ਠੀਕ ਹੈ ਜੀ, ਖੋਲੋ ਬਾਜੀ ਫਿਰ ਇਹਨੂੰ। ਤੇ ਬਾਜੀ ਚੁਆਈ ਜੋ ਠੀਕ ਹੈ ਜੀ? ਬਿਲਕੁਲ ਚੁਆਈ ਜੋ ਠੀਕ ਹੈ। ਦੋ ਜਾਣੇ ਇੱਧਰ, ਇੱਕ ਇੱਧਰ ਬੰਦਾ, ਇੱਕ ਉੱਧਰ। ਅੱਛਾ, ਇੱਕ ਉੱਧਰ ਬੰਦਾ। ਠੀਕ, ਆ ਦੇਖੋ ਜੀ, ਕੋਈ ਇਦਾਂ ਦੀ ਗੱਲ ਨਹੀਂ ਹੈ। ਆ ਦੇ, ਉਹ ਤੋਂ ਲੰਮੀ ਤੁਰ ਮਾਰ ਲੈ, ਇੱਧਰ ਲੰਮੀ ਹੋ ਜਾਂਦੇ। ਆ ਦੇਖੋ ਜੀ, ਥੋੜੇ ਲਾਤਰੇ ਫਾੜ ਲਈ ਪਰਲੀ ਦੇ। ਨਹੀਂ ਨਹੀਂ, ਉੱਤੇ ਪੈਰ ਦਾ ਬਿੰਗਾ ਰੱਖਦੀ ਆਤ ਹੁੰਦੀ ਹੈ ਪਸ਼ੂ। ਅੱਛਾ ਜੀ, ਠੀਕ। ਤਾਂ ਨਹੀਂ ਕੋਈ ਵੀ ਇਹਨਾਂ ਟੱਪਦੀ ਆ, ਕੋਈ ਇਦਾਂ ਦੀ ਗੱਲ ਨਹੀਂ ਹੈ ਜੀ। ਹਾਂ ਜੀ, ਉੱਤੇ ਪਸ਼ੂ ਦੀ ਕਈ ਆਤ ਹੁੰਦੀ ਬਿੰਗਾ ਪੈਰ ਰੱਖਦੀ। ਤੇ ਬਾਜੀ ਫਿਰ ਇਹਦੀ ਕੀ ਮਰਜ਼ੀ ਸਹੀ? ਬਾਹਲੋ ਕੋਈ ਨਹੀਂ, ਬਾਹਲੋ। ਇਹਦੀ ਕੀਮਤ ਹੈਗੀ ਹੈ ਜੀ 35000। 35000 ਰੁਪਏ? ਹਾਂ ਜੀ, 35000। ਠੀਕ ਹੈ ਜੀ। ਹਾਂ ਜੀ, ਚੈੱਕ ਕਰਾ ਕੇ ਦੋਗੇ? ਚੈੱਕ ਕਰਾ ਕੇ ਦਵਾਂਗੇ। ਤੇ ਜੇ ਖਾਲੀ ਨਿਕਲ ਗਈ ਫਿਰ ਕਿੰਨੇ ਦੋਗੇ? ਫਿਰ 30000 ਦੀ ਦੋਗੇ। ਫਿਰ 30000 ਦੋਗੇ? ਹਾਂ ਜੀ, 30000 ਜੇ ਖਾਲੀ ਨਿਕਲੇ। ਅੱਛਾ ਜੀ, ਗੱਬਣਾ 35000 ਦੀ ਹੈ। ਠੀਕ ਹੈ। 13 ਲੀਟਰ ਦੁੱਧ ਵਾ ਸਾਡੇ ਕੋਲ, 2 ਟਾਈਮ ਚੋਲਵੇ, ਸਾਡੇ ਖੁੱਡ ਦੀ ਗਾਰੰਟੀ ਹੈ। ਠੀਕ ਹੈ ਜੀ। ਗੱਬਣ ਦੀ ਵੀ ਸਾਡੇ ਖੁੱਡ ਦੀ ਦਾਵਾ ਗਾਰੰਟੀ ਆ। ਹਾਂ, ਤੁਸੀਂ ਬਿਲਕੁਲ ਸਹੀ। ਗੱਬਣ ਹੋਵੇ, ਹਾਂ ਜੀ, ਇਹ ਇਹਦਾ ਮੁੱਲ 30000 ਹੋਵੇ। 30000 ਇਧਰ ਆ ਜਾਓ। ਤੇ ਇਹ ਵੀ ਗੱਬਣੀ ਹੈ ਜੀ? ਹਾਂਜੀ, ਇਹ ਹੈਗੀ ਆ ਜੀ, ਤੀਜੇ ਲਈ ਤਿਆਰ ਹੋ ਗਈ ਆ। ਅੱਛਾ ਜੀ, ਇਹ ਘੱਟੋ ਘੱਟ 10 ਤੋਂ 15 ਦਿਨ ਕੱਚੀ ਆ ਜੀ। 15 ਦਿਨ ਕੱਚੀ ਆ? ਠੀਕ ਹੈ ਜੀ, 10 ਤੋਂ 15 ਦਿਨ ਕੱਚੀ ਆ ਗਈ। ਹਾਂਜੀ, ਇਹਨੇ ਪਿਛਲੇ ਸੂਏ 18 ਲੀਟਰ ਦੁੱਧ ਚਵਾਇਆ ਜਿਹਨਾਂ ਦੇ ਕੋਲ ਆਉਂਦੀ ਹੈ। ਅੱਛਾ ਜੀ, 18 ਲੀਟਰ ਦੁੱਧ ਚਵਾਇਆ ਤੇ ਇਸ ਵੇਲੇ 10 ਤੋਂ 15 ਦਿਨ ਲੈ ਜੀ। ਇਹ ਵੀ ਖੋਲੋ ਭਾਜੀ ਫਿਰ। ਆ ਦੇਖੋ ਜੀ, ਇਹ ਵੀ ਦੇਖੋ, ਹਜੇ ਕੱਚੀ ਹੈ ਜੀ, 15 ਦਿਨ ਲੈ, ਹਨਾ ਜੀ? ਹਾਂ ਜੀ, 15 ਦਿਨ ਕੱਚੀ ਹੈ। ਇਹ ਵੀ ਘਰ ਦੀ ਹੈ ਕਿ ਆਪਾਂ ਹੁਣ ਲੈ ਕੇ ਆਂਦੀ ਜੀ? ਇਹ ਲੈ ਕੇ ਆਂਦੀ, ਇਹ ਹੁਣ ਲੈ ਕੇ ਆਂਦੀ ਘਰ ਦੀ, ਹੁਣ ਆਹੀ ਸੀ ਘਰ ਲਈ ਹੋਈ। ਆਹੀ ਠੀਕ ਗੱਲ ਕਰਦੇ। ਆ ਦੇਖ ਸਾਡੇ ਆਰਡਰ ਦੀ ਕੁਆਲਿਟੀ ਹੈ, ਬਹੁਤ ਢਿੱਲਾ ਆਰਡਰ ਆ। ਬੰਦ ਜੀ, ਇੱਕ ਮਿੰਟ, ਥੋੜਾ ਟਾਈਮ ਲੱਗੂ। ਹਾਂ, ਕੋਈ ਨਹੀਂ, ਕੋਈ ਨਹੀਂ। ਠੀਕ ਹੈ। ਤੇ ਭਾਜੀ ਫਿਰ ਇਹਦੀ ਕੀਮਤ ਜੀ? ਆ ਦੇਖ ਲਓ ਜੀ, ਆਰਡਰ ਪੂਰਾ ਹਜੇ ਢਿੱਲਾ ਆ, ਬਹੁਤ ਢਿੱਲਾ ਹੈਗੀ ਆ। ਹਾਂਜੀ, ਆ ਲਓ, ਐ ਨਹੀਂ ਢਿੱਲਾ ਜੀ। ਹਾਂਜੀ ਹਾਂ, ਆਰਡਰ ਦੇ ਵੀ ਦੇਖ ਸਕਦੇ ਪਿੱਛੇ। ਆ ਦੇਖੋ ਜੀ, 18 ਤੋਂ 20 ਲੀਟਰ ਦੁੱਧ ਚਵਾਇਆ, ਬਹੁਤ ਆਰਡਰ ਢਿੱਲਾ ਹਜੇ। ਠੀਕ ਹੈ ਜੀ। ਇਹਦੀ ਕੀਮਤ ਹੈਗੀ ਆ 37000 ਜੀ। 37000 ਰੁਪਇਆ ਇਹਦੇ, ਬਾਕੀ ਮੌਕੇ ਕੋਈ? ਮੌਕੇ ਤੇ ਮਾਨਤਾ ਕਰੋ। ਮਾਨਤਾ ਕਰੋ। ਹਾਂਜੀ, ਉਹ ਵੱਛੀ ਭਰਿਆ ਜੀ। ਇਹ ਕਿੰਨੇ ਚਿਰ ਦੀ ਹੈ ਜੀ ਇਹ? ਇਹ ਵੱਛੀ 2 ਸਾਲ ਦੀ ਆ, ਇਹ ਵੀ ਆਪਾਂ ਨੂੰ ਲਿਆਂਦੀ ਸੀਗੀ ਨਾਲ ਤੁਸੀਂ। ਅੱਛਾ ਜੀ। ਹਾਂਜੀ, ਉਹਦਾ ਪੈਰ ਮੰਨਦੀ ਆ ਪੱਕੇ ਤੇ, ਇਹ ਬਾਈ ਵੀ ਰਹੀ ਆ। ਹਾਂਜੀ, ਉਹਦਾ ਦਵਾਈ ਦੂਈ ਲਾਈ ਆ, ਹਾਰ ਜਾਣੇ ਆ ਕਿ ਕਦਾ ਕਦਾ ਰੱਖਦੇ ਇਹਨੂੰ। ਠੀਕ ਹੈ ਜੀ। ਇਹ ਕਰਦੀ ਜੀ ਆਪਣੇ ਕੋਲ ਲੈ ਕੇ ਆਉਂਦੀ? ਇਹ ਲੈ ਕੇ ਆਉਂਦੀ ਆ ਜੀ। ਲੈ ਕੇ ਆਉਂਦੀ ਆ। ਇਹ ਪੱਕਾ ਪੈਰ ਮੰਨਦੀ ਆ। ਹਾਂਜੀ, ਬੱਚੀ ਬਹੁਤ ਨਸਲ ਦੀ। ਬਸ ਲਿਆਓ ਜੀ, ਲਿਆਓ 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 ਲਿਆਓ। ਮਰਜ਼ੀ ਨਾਲ।